ਵਾਲੇ ਮੁਹੰਮਦ ਦੁਆ ਹੈ ਮਾਲਿਕ ਅੱਲਾਹ ਤੁਹਾਡਾ ਟੁਰਿਆ ਕਬੂਲ ਫਰਮਾਵੇ। ਬਾਨੀਆਂ ਮੇਰੇ ਭਾਈਆਂ ਦੀ ਥੋੜ੍ਹੀ ਵਿਛਾਈ ਹੁਸੈਨ ਦੀ ਅੰਮਾ ਆਪਣੇ ਦਰਬਾਰ 'ਚ ਤੰਦੂਰ ਫਰਮਾਵੇ। ਉਹਨਾਂ ਦੇ ਘਰ 'ਚ ਕੋਈ ਦੁੱਖ ਤਕਲੀਫ ਪਰੇਸ਼ਾਨੀ ਹੈ ਤਾਂ ਪਾਕ ਸੈਯਦਾ ਦੂਰ ਫਰਮਾਵੇ। ਮਾਲਕ ਇਸ ਵਸਤੀ 'ਤੇ ਆਪਣੀਆਂ ਰਹਿਮਤਾਂ ਦਾ ਨਜ਼ੂਲ ਫਰਮਾਵੇ। ਮਾਲਕ ਉਤਨੀ ਦੇਰ ਤੱਕ ਸਾਨੂੰ ਮੌਤ ਨਾ ਦੇਵੇ ਜਿਤਨੀ ਦੇਰ ਤੱਕ ਭੈਣ ਭਰਾ ਦੀ ਜ਼ਵਾਰੀ ਨਹੀਂ ਕਰਾ। ਆਖਰੀ ਦੁਆ ਹੈ ਬਾਦਸ਼ਾਹ ਹਕੀਕੀ ਦਾ ਜਲਦੀ ਜ਼ਰੂਰ ਹੋਵੇ। ਬਾਦਸ਼ਾਹ ਦੀ ਇੱਜ਼ਤ ਅਤੇ ਸਲਵਾਤ ਸਾਰੇ ਬਾਵਾਜ਼ੇ ਬੁਲੰਦ ਪੜ੍ਹੋ। ਆਪਣੇ ਆਪਣੇ ਮਰਹੂਮੀਨ ਦੀ ਬਖਸ਼ਿਸ਼ ਵਾਸਤੇ ਉੱਚੇ ਆਵਾਜ਼ ਨਾਲ ਸਲਵਾਤ ਪੜ੍ਹੋ। ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਹੈਦਰੀ, ਹੁਸੈਨੀਅਤ, ਯਜ਼ੀਦੀਅਤ, ਸਲਵਾਤ ਮਿਲ ਕੇ ਬਾਬਾ ਸੇ ਬੁਲੰਦ ਪੜ੍ਹੋ। بسم الله الرحمن الرحيم الحمد لله ਸੋਹਣੀ ਤੁਸਾਂ ਹੋਏਗੀ ਗੋਲੇ ਸੁਰਖ ਅੰਧਾਰੀ
ਕਰਬਲ ਵਿੱਚ ਜਦੋਂ ਤੇਰੀ ਜ਼ਰਬ ਚਲਾਈ ਗਈ ਧੀ ਪਿਓ ਦੀ ਲਾਸ਼ ਨੂੰ ਹੱਥ ਲਾਏ ਬੇਰਹਿਮੀ ਨਾਲ ਹਟਾਈ ਗਈ ਬੇਵਾਰਿਸ ਸਮਾਜ ਕਲਾਸ਼ ਸੈਯਦ ਦੀ ਹਾਈ ਪੱਥਰਾਂ ਵਿੱਚ ਦਫਨਾਈ ਗਈ ਮੈਂ ਕੁਰਬਾਨ ਹੋਵਾਂ ਮੇਰੇ ਤੋਂ ਬਾਅਦ ਅਜ਼ੀਮ ਸੈਯਦ ਇੱਜ਼ਤਦਾਰ ਸੈਯਦ ਅਤੇ ਮਸਾਹਿਬ ਦੇ ਹਵਾਲੇ ਨਾਲ ਪੂਰੀ ਦੁਨੀਆ ਦੇ ਮਸਾਹਿਬ ਖਾਨ ਉਹਨਾਂ ਦੀ ਮੌਜੂਦਗੀ 'ਚ ਮੈਂ ਤੁਹਾਨੂੰ ਇੱਕ ਵਹਿਣ ਸੁਣਾ ਰਿਹਾ ਮਹਿੰਗੀ ਪੜੀ ਯਜ਼ੀਦ ਕੋ ਬਈਅਤ ਹੁਸੈਨ ਕੀ ਲੱਖੋਂ ਸੇ ਨਾ ਦਬ ਸਕੀ ਜੇ ਰੈਯਤ ਹੁਸੈਨ ਕੀ ਤਖ਼ਤ ਯਜ਼ੀਦ ਕੋ ਬਸ ਦੋ ਹੀ ਦੋ ਚੀਜ਼ੇ ਖਾ ਗਈ ਇੱਕ ਜ਼ੈਨਬ ਕੀ ਕਹਿ ਦੂਜਾ ਰੇਤ ਤੇ ਮੈਯਤ ਹੁਸੈਨ ਕੀ ਸਦਕੇ ਸਦਕੇ ਸ਼ੀਆ ਸੁਨੀਓ ਜੰਗ ਮਰਦਾਂ ਨਾਲ ਆਈ ਉਹ ਤਾਂ ਮਾਰੇ ਗਏ ਹੁਸੈਨ ਦੀ ਸ਼ਹਾਦਤ ਤੋਂ ਬਾਅਦ ਮੁਸਲਮਾਨਾਂ ਦਾ ਹੱਕ ਨਹੀਂ ਬਣਦਾ ਨਬੀਜ਼ਾਦੀਆਂ ਨੂੰ ਮਹਮਲਾਂ 'ਤੇ ਮਿਲਾ ਕੇ ਬਰਇੱਜ਼ਤ ਤਰੀਕੇ ਨਾਲ ਮੁਹੰਮਦ ਦੀ ਕਬਰ 'ਤੇ ਲੈ ਆਵੇਗਾ ਵਾਹ 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 ਲੇਕਿਨ ਇੰਜ ਨਹੀਂ ਨੇ ਕੀਤਾ ਕਿਦੋਂ ਹੁਸੈਨ ਦਾ ਸਜਦਾ ਮੁੱਕੇ ਇਦੋਂ ਮੁਸਲਮਾਨ ਅੱਗ ਬਾਲ ਕੇ ਸੈਦਾਂ ਦੇ ਖੈਮੇ 'ਚ ਇੰਜ ਆਏ ਜਿਵੇਂ ਜੰਗਲ ਦੇ ਸ਼ਿਕਾਰੀ ਆਉਂਦੇ ਸਦਕੇ ਸਦਕੇ ਅੱਗ ਇੱਕ ਪਾਸੋਂ ਨਹੀਂ ਨੇ ਲਾਈ ਚੌਗਿਰਦੋ ਭਾ ਲਾਈ ਨੇ ਇਹ ਖੈਮਾ ਜਲੇ ਬੀਬੀਆਂ ਟੁਰ ਕੇ ਦੂਜੇ ਖੈਮੇ 'ਚ ਆਈਆਂ ਨੇ ਦੂਜਾ ਜਲੇ ਤੀਜੇ ਖੈਮੇ 'ਚ ਅਲੀ ਦੀ ਧੀ ਟੁਰ ਕੇ ਉੱਥਾਂ ਆਈ ਹੈ ਜਿੱਥਾਂ ਬਿਮਾਰ ਭਤਰੀਆ ਮਿੱਟੀ 'ਤੇ ਸੁੱਤਾ ਪਿਆ ਬਿਮਾਰ ਵਜਣ ਦੇ ਨਾਲ ਦੋ ਜ਼ਾਨੂ ਹੋ ਕੇ ਬਹਿ ਗਈ ਏ ਬਿਮਾਰ ਦਾ ਸਰ ਚਾ ਕੇ ਝੋਲੀ 'ਚ ਪਾਏ ਸ ਮੱਥਾ ਚੁੰਮ ਕੇ ਆਦੀ ਏ ਅੱਖੀ ਖੋਲ ਲੁੱਟ ਪੈ ਗਈ ਏ ਤੇਰੇ ਪਿਓ ਦਾ ਕਾਤਲ ਮੇਰੀ ਚਾਦਰ ਲੁੱਟ ਘਿਰ ਗਿਆ ਪਾਸੇ ਨਾਲ ਬੇਵਾ ਭਰ ਜਾਈ ਪੁੱਛਦੀ ਬੈਠੀ ਅਕਬਰ ਦਾ ਕਾਤਲ ਮੇਰਾ ਦਾਜ ਲੁੱਟ ਗਿਆ ਸਦਕੇ ਸਦਕੇ ਜਿਹੜਾ ਬਿਮਾਰ ਆਈ ਅੱਖ ਖੁੱਲੀ ਅਸ ਛੋਟੀਆਂ ਵੱਡੀਆਂ ਦੇ ਖੁੱਲ੍ਹੇ ਸਰ ਨਜ਼ਰ ਆਏ ਸੀ ਹੱਕਲ ਮਾਰੀ ਇਸ ਤੁਹਾਡੀ ਜੋ ਇਹ ਹਾਲਤ ਹੈ ਕਿੱਥੇ ਮੇਰਾ ਚਾਚਾ ਅੱਬਾਸ ਬੀਬੀ ਆਦੀ ਇਹ ਸਾਰੇ ਟੁਰ ਗਏ ਨੇ ਇੱਕੋ ਬਚ ਗਏ ਤੂੰ ਮੇਰੇ ਲੁੱਟੇ ਖੂਰ ਦਾ ਮਲਾ ਤੂੰ ਮੇਰਾ ਪੁੱਤਰ ਹੈ ਇਮਾਮ ਹੈ ਮੈਂ ਤੇਰੀ ਮਾਂ ਮੈਂ ਮੁਹਾਫਜ਼ ਤੇਰੀ ਇਮਾਮਤ ਸਜਾਦ ਮੈਂ ਇੱਥੇ ਇੱਕ ਮਸਲਾ ਪੁੱਛਦੀ ਹਾਂ ਰਾਤ ਲੋ ਕਹਿੰਦੇ ਪੁੱਛਾਂ ਬੀਬੀ ਆਦੀ ਇਹ ਦੱਸਾਂ ਨਾ ਜਲ ਮਰਨਾ ਜਾਂ ਬਹਿਰ ਵਜਣਾ
ਵਾਹ 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 ਰਾਤ ਰੋ ਕੇ ਬਦਨਾਮਾ ਬਹਿਰ ਟੁਰ ਵੰਜੋ ਰੁਕਾ ਵਟਕੇ ਢੀਏ ਮੇਰੀ ਸੈਣਾ ਦੀ ਚਾਦਰਾਂ ਕੋਈ ਨਹੀਂ ਬਿਮਾਰ ਦੇ ਪਰਦੇ ਕੋਈ ਨਹੀਂ ਤੇ ਸਰ ਜੁਗਾਓ ਮੈਂ ਬਣਾਵਾਂ ਓਏ ਸ਼ੀਆਂ ਸੁਣੀਆਂ ਅਲੀ ਦੀਆਂ ਨੌਵਾਂ ਧੀਆਂ ਸਰ ਝੁਕਾਏ ਸੱਜਾਦ ਬੁੱਕ ਬੁੱਕ ਰੇਤ ਦਾ ਚਾ ਕੇ ਸਰਾਂ 'ਚ ਪਾ ਕੇ ਤੇ ਟੁਰ ਵੰਜੋ ਖਾਕ ਸ਼ਿਖਾ ਦੇ ਪਰਦੇ ਦੇ ਇਜਾਜ਼ਤ ਮਿਲਣ ਦੀ ਢਿੱਲ ਆਈ ਸੈਦਾਂ ਦੇ ਬੱਚੇ ਇੰਜ ਖਿੰਡੇ ਨੇ ਜਿਵੇਂ ਤਸਬੀ ਦੇ ਦਾਣੇ ਖਿੰਡਦੇ ਨੇ ਕਿਸੇ ਦਾ ਮਨ ਦਰਿਆ ਤੋਂ ਮੂੰਹ ਆਏ ਤਾਂ ਦੌੜੇ ਕਿਸੇ ਦਾ ਮਕਤਲ ਵਾਲੇ ਪਾਸੇ ਮੂੰਹ ਆਏ ਤਾਂ ਦੌੜੇ ਇਸ 4 ਸਾਲ ਦੀ ਬੱਚੀ ਹੈ ਜਿਹੜੀ ਮਕਤਲ ਚਾਹੀਏ ਇੱਕ ਸਾਲ ਦੀ ਹੌਲੀ 'ਚ ਪਾਏ ਮੱਥਾ ਚੌਂਕਿਆ ਦੀ ਚਾਚਾ ਤੂੰ ਸਾਂਭੇ ਬਹਿਰੀ ਬਹਿਰਾ ਗਈਆਂ ਨੇ ਸਦਕੇ ਸਦਕੇ ਫਰਮਾਇਆ ਚਾਚਾ ਤੇ ਨਿੰਦਰਾਂ ਆ ਗਈਆਂ ਭੈਣੀ ਬਹਿਰ ਆ ਗਈਆਂ ਚੁੱਪ ਕਰਕੇ ਰੇਤ 'ਤੇ ਆ ਕੇ ਬਹਿ ਗਈਆਂ ਛੋਟੀ ਭੈਣ ਕੋ ਆਖਿਆ ਕਲਸੂਮ ਭੈਣ ਉੱਠੀ ਨਾ ਮਿੱਟੀ ਛੋੜ ਧਿਰਾਵਾਂ ਦੇ ਯਤੀਮ ਗੁਲੇੜੀਆਂ ਮੇਰੇ ਵਤਨ ਵਾਲਿਓ ਟੁਰ ਪਈਆਂ ਨੇ ਟਿੱਬੇ ਦੀ ਗੇੜ ਨਾਲ ਆ ਕੇ ਡਿੱਠੇ ਚੰਦ ਬੱਚੇ ਜਿਹੜੇ ਮਿੱਟੀ 'ਤੇ ਮੂੰਹ ਦੇ ਬਾਹਰ ਸੁੱਤੇ ਪਏ ਅਲੀ ਦੀ ਵੱਡੀ ਧੀ ਹੈ ਕਿ ਕੁਚੈਂਦੀ ਏ ਚੁੰਮਦੀ ਏ ਰੱਖਦੀ ਏ ਕਿਆ ਦੇਦੀ ਏ ਕਿਨਾਂ ਦੇ ਸੀਨੇ ਜ਼ਖਮੀ ਕਿਨਾਂ ਦੇ ਰੁਖਸਾਰ ਜ਼ਖਮੀ ਫਿਰ ਸੰਗਦੇ ਹੋ ਤੇ ਇਹਦੀ ਔਖੀ ਮੰਜ਼ਲ ਹੈ ਜਿਹੜੇ ਗਾਜ਼ੀ ਦੇ ਲਹਿਜੇ ਤੇ ਨੀਂਦਰ ਕਰਦੇ ਆਏ ਉਹਨਾਂ ਕੋਲ ਹਾਫਿਜ਼ ਦੀ ਅਕਲ ਤੇ ਸਮਾਏ ਛੋਟੀ ਭੈਣ ਕੋ ਆਦੇ ਤੂੰ ਇਹਨਾਂ ਦੀ ਨਿਗਰਾਨੀ ਕਰ ਮੈਂ ਭਰਾ ਦੇ ਯਤੀਮ ਦਾ ਪਤਾ ਕਰਦੀ ਹਾਂ ਟੁਰ ਪਈ ਉਸ ਜਲਦੇ ਖੈਮੇ ਕੋਲ ਆਈਏ ਹਮੀਦ ਪੁੱਤਰ ਮੁਸਲਮ ਦਾ ਰਾਵੀਏ ਚਾਦਰ ਕੋਈ ਨਹੀਂ ਜੋ ਕਮਰ ਬੱਧਿਆ ਤਵੱਕਲ ਦੀ ਕਮਰ ਬੱਧੀਏ ਜਲਦੇ ਖੈਮੇ ਕੋਲ ਆਈਏ ਹਮੀਦ ਕੋਲ ਆਏ ਅੱਖੀ ਬੰਦ ਕਰਕੇ ਹੱਥ ਬੱਧੇ ਸੀ ਅਦੇ ਅਲੀ ਦੀਦੀ ਅੰਦਰ ਕੋਈ ਕੀਮਤੀ ਸ਼ੈ ਰਹਿ ਗਈ ਤਾਂ ਛੋੜ ਦਿਓ ਆਗ ਵੱਧ ਗਈ ਏ ਯਾ ਮੈਨ ਹੁਕਮ ਕਰੋ ਮੈਂ ਲੈ ਆਂਦਾ ਜਦੋਂ ਹਮੀਦ ਆਖੇ ਨਾ ਮੈਂ ਲੈ ਆਂਦਾ ਮੇਰੀ ਸੈਣਾ ਦੀ ਲਗਾ ਵਾ ਜਾ ਕੇ ਲੈ ਆਵੇ ਮੈਂ ਤੇਰੀ ਜੰਨਤ ਦੀ ਜ਼ਾਮੇ ਨਾ ਵਾਹ 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 ਹਮੀਦ ਆਦੇ ਮੈਂ ਕੋਸ਼ਿਸ਼ ਬਹੁ ਕੀਤੀ ਏ ਲੇਕਿਨ ਅੱਗ ਇਤਨੀ ਹਾਈ ਜੋ ਮੈਂ ਅੰਦਰ ਜਾ ਨਹੀਂ ਸਕਿਆ ਮੈਂ ਪਿੱਛੇ ਹੱਟ ਆਇਆ ਹੱਥ ਬੱਧੇ ਨੇ ਸੈਣ ਅੱਗ ਅੰਦਰ ਵੰਜਣ ਨਹੀਂ ਦਿੰਦੀ ਅਤੇ ਬੀਬੀ ਤੁਸੀਂ ਨਾ ਵੰਜੋ ਪੁਸ਼ੀਆਂ ਸੁਣੀਓ ਜਦੋਂ ਹਮੀਦ ਆਖੇ ਤੁਸੀਂ ਨਾ ਵੰਜੋ ਮੇਰੀ ਸੈਣਾ ਦੀ ਹੱਟ ਵਾਈ ਤੈਨੂੰ ਪਤਾ ਕੋਈ ਨਹੀਂ ਮੇਰੇ ਹੁਸੈਨ ਦਾ ਇੱਕੋ ਸਜਾਦ ਬਚ ਗਿਆ ਜੇ ਮੇਰੇ ਮਹਮਲ ਦੀ ਮਹਾਰ ਪਕੜ ਕੇ ਕਹਿਣ ਨੇ ਉਸ ਬਾਜ਼ਾਰ ਕਹਿਣ ਨੇ ਉਸ ਦਰਬਾਰ ਸਦਕੇ ਬਾਈ ਸਦਕੇ ਸਦਕੇ ਉਸ ਜਲਦੇ ਖੈਮੇ 'ਚ ਯਾਲੀ ਕਰਕੇ ਦਾਖਿਲ ਹੋਈ ਇੰਝ ਮਿੱਟੀ ਤੇ ਨਾਲ ਬਹਿ ਗਈ ਪੁੱਤਰ ਨੂੰ ਕਣ ਤੇ ਜਾਏ ਤੇ ਬਹਿਰ ਲੱਗੀ ਆਈਏ ਹੁਸੈਨ ਦੀ ਲਾਸ਼ ਵਾਲੇ ਪਾਸੇ ਵੇਖ ਕੇ ਪਿਆ ਦੀ ਹੁਣ ਵੇਖ ਨਾ ਪਏ ਅਕਬਰ ਔਖਾ ਚਾਇਆ ਆਈ ਮੈਂ ਤੇਰਾ ਸਜਾਦ ਬਚਾ ਆਈਆ ਬੀਬੀ ਆਦੀਏ ਤੂੰ ਮੇਰਾ ਭਰਾ ਹਾਵੇਂ ਮੈਂ ਤੇਰੀ ਪਰਦਾਦਾਰ ਭੈਣ ਹਾਂ ਮਿੱਟੀ 'ਤੇ ਆਸਮਾਇਸ ਅਤੇ ਲਾਸ਼ਾਂ ਵਾਲੇ ਪਾਸੇ ਇੰਝ ਪਈ ਵੇਦੀ ਹਾਈ ਜਿਵੇਂ ਲੱਗਦਾ ਹੀ ਕੁਝ ਨਹੀਂ ਉਮਰ ਮੇਰੇ ਸਾਧ ਕਮੀਨਾ ਟੁਰ ਕੇ ਸ਼ਿਮਰ ਕੋਲ ਆਏ ਇਹ ਸੱਚਿਆ 4th ਦਿਨ ਨੇ ਜੰਗ ਮਰਦਾਂ ਨਾਲ ਆਈ ਉਹ ਤਾਂ ਮਾਰੇ ਗਏ ਸੈਦਾਂ ਦੇ ਬੱਚੇ ਤੱਸੇ ਪਰਦਾਦਾਰ ਤੱਸੇ
ਪਾਣੀ ਤਾਂ ਲੈ ਵੰਜੋ। ਜਦੋਂ ਇਸ ਆਖੇ ਨਾ ਪਾਣੀ ਲੈ ਵੰਜੋ, ਸ਼ਿਮਰ ਹਰਾਮੀ ਦੀ ਅੱਖ ਚੱਕ ਪਾ ਕੇ ਕਹਿੰਦੇ ਤੂੰ ਅਦੇ ਪਾਣੀ ਲੈ ਵੰਜੋ, ਸੈਦਾਂ ਦੇ ਬੱਚੇ ਮੇਰੇ ਤੋਂ ਪਾਣੀ ਨਾ ਪੀ ਸਕ, ਇਹ ਅਦੇ ਤੇਰੇ ਕੋਲੋਂ ਪਾਣੀ ਕਿਉਂ ਨਾ ਪੀ ਸਕ, ਇਹ ਕਮੀ ਨਾ ਦੇ ਮੈਂ ਜ਼ਰਬਾ ਮਰੇ ਨਾ ਰਿਹਾ ਹੂੰ ਦੀ ਬਹਿਣ ਦਰ ਤੋਂ ਕੁਰਾਨ ਵਿਖਾ ਕੇ ਆਦੀ ਇਨਾਮਾਰ ਮੇਰਾ ਤੱਸਾ ਵੀ ਆਏ ਆਦੀ ਇਨਾਮਾਰ ਇਹਦੇ ਛੁਡਾਉਣਾ ਦਾ ਕੋਈ ਨਹੀਂ। ਕਹਿੰਦੇ ਪਾਣੀ ਦੇ ਕੇ ਭੇਜ ਦਿਓ ਨਾ, ਮੈਂ ਤੁਹਾਨੂੰ ਸਲਾਹ ਦੇਣਾ। ਕਹਿੰਦੇ ਕਿਹੜੀ ਸਲਾਹ ਦੇਣੇ? ਕਹਿੰਦੇ ਪਾਣੀ ਦੇ ਕੇ ਭੇਜ ਦਿਓ ਤਾਂ ਹੁਰ ਦੀ ਜ਼ੌਜਨ ਭੇਜੋ, ਉਹਨਾਂ ਦੇ ਹਨ ਸੈਦਾਂ 'ਤੇ ਤਾਜ਼ੇ ਅਹਿਸਾਨ। ਸ਼ੀਆਂ ਸੁਣੀਓ, ਵਫਦ ਬਣਾ ਕੇ ਹੁਰ ਦੀ ਜ਼ੌਜਾ ਕੋਲ ਬੀਬੀ ਮਿੰਨਤ ਮਨ ਪਾਣੀ ਲੈ ਵਾਣੇ ਆਦੀ, ਮੈਨੂੰ ਪਾਣੀ ਦੇ ਕੇ ਭੇਜਦੇ ਪਏ ਤਾਂ ਆਮ ਮਸਤੂਰ ਮੈਂ ਨਹੀਂ, ਮੈਂ ਇੱਕ ਜਰਨੈਲ ਦੀ ਜ਼ੌਜਾ, ਮੈਨੂੰ ਪਾਣੀ ਦੇ ਕੇ ਭੇਜੋ ਤਾਂ ਮੇਰੇ ਨਾਲ ਚੰਦ ਔਰਤਾਂ ਭੇਜੋ। ਯਾਦ ਨੇ ਔਰਤਾਂ ਕਿਆ ਕਰਨੀਆਂ ਨੇ ਆਦੀ? ਉਹਦਾ ਅਕਬਰ ਜਿਹਾ ਪੁੱਤਰ ਟੁਰ ਗਿਆ, ਉਹਦਾ ਹੁਸੈਨ ਜਿਹਾ ਗਰੀਬ ਵਿਆਹ ਟੁਰ ਗਿਆ, ਉਹਦਾ ਅਲਮਾਲਾ ਟੁਰ ਗਿਆ। ਇੱਥੋਂ ਮੈਨੂੰ ਕਾਣ ਦੀ ਸ਼ਕਲ ਵੈਸਾ, ਪਹਿਲੇ ਮੈਂ ਉਹਨੂੰ ਪੁੱਤਰਾ ਵਿਆਹਾਂ ਦੀ ਮੁਕਾਣ ਦੇ ਸਾਵਾਂ, ਤੇ ਮੈਂ ਉਹਦੀ ਮਿੰਨਤ ਕਰੇ ਸਾਂ, ਸਖੀ ਦੀ ਧੀ ਇਹ ਪਾਣੀ ਪੀ ਸੀ ਲੁੱਟਣ ਵਾਲੇ ਪਿਆ ਦੇ ਮੇਰੀ ਸੈਨਾ ਦੀ ਅੰਮਾ ਫਿਜ਼ਾ ਵਾਂਜੋ ਉਹਨਾਂ ਨੂੰ ਆਖ, ਮੈਨੂੰ ਅੱਜ ਦੀ ਰਾਤ ਨਾ ਲੁੱਟਣ ਮੇਰੇ ਭਰਾਵਾਂ ਦੇ ਯਤੀਮ ਡਰਦੇ, ਮੈਂ ਹੁਣੇ ਅੱਲਾ ਅੱਲਾ ਕਰਕੇ ਸਮਾਏ ਨੇ, ਉਹਨੂੰ ਆਖ ਮੈਨੂੰ ਅੱਜ ਨਾ ਲੁੱਟਣ। ਇਦੋਂ ਟੁਰ ਪਈ ਕੰਨਾਂ 'ਤੇ ਆਵਾਜ਼ ਆਈ ਏ ਹਾਏ ਹੁਸੈਨ, ਹਾਏ ਅੱਬਾਸ, ਹਾਏ ਅਲੀ ਅਕਬਰ, ਜਲਦੀ ਨਾਲ ਵੱਲ ਆਈਏ, ਗੱਲ 'ਚ ਮਾਹੀ ਪਾ ਕੇ ਆਦੀਏ, ਲੁੱਟਣ ਵਾਲੇ ਨਹੀਂ ਭਰਾ ਦੀ ਮੁਕਾਣ ਪਈ ਆਉਂਦੀ ਆਈ। ਜਿਹੜੇ ਭਰਾ ਦੀ ਮੁਕਾਣ ਦਾ ਨਾਮ ਹੈ, ਜਿਹੜੀ ਥੱਕੀ ਹੋਈ ਆਈ ਕਰਬਲਾ ਦੀ ਰੇਤ 'ਤੇ ਦੋਵੇਂ ਤਲੀਆਂ ਟੇਕ ਕੇ ਉੱਠੀਏ, ਆਦੀਏ ਕਿੱਥੇ ਮੇਰੀ ਸਖੀ, ਨਾ ਪਾਸੇ ਨਾ ਲੋਹਣਾ ਹੈ, ਮੈਂ ਹਾਜ਼ਰਾਂ ਬੀਬੀ ਆਦੀਏ ਹਾਜ਼ਰ, ਤਾਂ ਕੇ ਵੱਧ ਕੇ ਜੁਲ ਪਿਓ ਦੀ ਮੁਕਾਣ ਪਈ ਆਉਂਦੀ ਆਈ। ਓ ਸ਼ਰੀਫ, ਜਦੋਂ ਮੁਕਾਣ ਦਾ ਨਾਮ ਹੈ ਮੇਰੀ ਸੈਨਾ ਦੀ ਅੰਮਾ, ਤੂੰ ਸਮਝਾ ਮੁਕਾਣ ਜਲੀ ਨਹੀਂ ਕਿਵੇਂ, ਅੰਮਾ ਮੇਰਾ ਛੋਟਾ ਸਨ, ਮੈਂ ਕੋਈ ਅੱਗੇ ਮੁਕਾਣਾ ਜਲੀਏ, ਮੇਰੀ ਸੈਣਾ ਦੀ ਇਹ ਮਾਸੂਮਾ ਅਕਬਰ ਵਾਸਤੇ ਪਰਚਾਵੇ, ਤੂੰ ਚਾਚੇ ਹੋਰ ਦੇ ਪੁੱਤਰ ਕੀਤੇ ਪਰਚਾਵੇ, ਉਹ ਹੁਸੈਨ ਵਾਸਤੇ ਪਰਚਾਵੇ, ਤੂੰ ਹੁਣ ਚਾਚੇ ਹੋਰ ਕੀਤੇ ਪਰਚਾਵੇ, ਜਦੋਂ ਮੁਕਾਣਾ ਨਾਲ ਮੁਕਾਣਾ ਰਲ ਗਈ ਹੈ, ਹੋਰ ਦੀ ਲੋਜਾ ਕਦਮਾਂ 'ਤੇ ਹੱਥ ਲਾ ਕੇ ਆਦੀਏ ਸੈਣ, ਤੇਰੇ ਅਕਬਰ ਦੇ ਵੱਡੇ ਅਰਮਾਨ, ਤੇਰੇ ਅਲਮਾਲੇ ਦੇ ਵੱਡੇ ਅਰਮਾਨ, ਤੇਰੇ ਹੁਸੈਨ ਦੇ ਵੱਡੇ ਅਰਮਾਨ, ਤੇਰੇ ਪੁੱਤਰਾਂ ਦੇ ਵੱਡੇ ਅਰਮਾਨ, ਮੇਰੀ ਸੈਣਾ ਦੀ ਇਹ ਭਰਜਾਈ ਗਾਲੀ ਨੇ, ਪਰ ਅਸਲ ਮੁਕਾਣ ਤਾਂ ਮੈਂ ਦਿੱਤੀ ਨਹੀਂ ਵੀ, ਹੋਰ ਦੀ ਲੋਜਾ ਦੀ ਉਹ ਕਿਹੜੀ ਮੁਕਾਣ ਏ, ਮੇਰੀ ਸੈਣ ਗੱਲ 'ਚ ਬਾਈ ਪਾ ਕੇ ਆਦੀ, ਤੂੰ ਆਖ ਤੇਰੀ ਚਾਦਰ ਲੱਠੀ ਦੇ ਵੱਡੇ ਅਰਮਾਨ, ਉਹ ਤੇਰੇ ਬਾਜ਼ਾਰਾਂ ਵੰਜਣ ਦੇ ਵੱਡੇ ਅਰਮਾਨ, ਤੇਰੇ ਨਿਰਵਾਰ ਦੇ ਵਣਦੇ ਜੱਥ ਬੱਦੇ ਕਦਮਾਂ ਦਾ ਡਿੱਠੇ ਸਾਦੀਏ ਸੈਣ, ਮੋਇਆਂ ਨਾਲ ਮਰ ਤਾਂ ਕੋਈ ਨਹੀਂ ਵਹਿੰਦਾ,
ਮੈਂ ਤੁਹਾਡੇ ਨੌਕਰ ਦੀ ਦੋ ਜਾਂ ਤੂੰ ਸਖੀ ਦੀ ਧੀਏ ਮੈਂ ਪਿੰਨਣ ਆਈਆਂ ਮੈਨੂੰ ਖਾਲੀ ਨਾ ਬੁਲਾਵੇ ਮੇਰੀ ਸੈਣਾ ਦੀ ਇਹ ਭਰਜਾਈ ਦੱਸ ਕਿਹੜੀ ਸ਼ੈ ਮੰਗਦੀ ਏ ਅੱਜ ਪਾਣੀ ਵਾਲਾ ਜਾਂ ਵਧਾ ਕਿਆ ਦੀਏ ਮਿੰਨਤ ਮਨ ਪਾਣੀ ਪੀ ਓਏ ਸ਼ਰੀਫਾ ਜਦੋਂ ਪਾਣੀ ਪੀਵਣ ਦਾ ਨਾਮ ਆਏ ਮੇਰੀ ਸੈਣ ਗੱਲ ਚ ਬਾਈ ਪਾ ਕਿਆ ਦੀਏ ਭਰਜਾਈ ਸਾਫ ਨਹੀਂ ਕੀਤਾ ਇਹ ਦੱਸਾ ਜਿਹਨੇ ਅੱਖੀ ਦੇ 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 ਨੌ ਫਿਰਾ ਮਰੀ ਵਾਲੋ ਬਹਿਣਾ ਪਾਣੀ ਨਹੀਂ ਪੀਂਦੀਆਂ ਬੀਬੀ ਆਦੀਏ ਮੇਰੇ ਤਸੇ ਮਰੀ ਦੇ ਰਹੇ ਮੈਂ ਦੇਹਦੀ ਜਦੋਂ ਸਮਝਿਆ ਜੋ ਮੇਰੀ ਮਨੀਤ ਨਹੀਂ ਹੁੰਦੀ ਉਦੇ ਟੁਰ ਪਈ ਜਿੱਥੇ ਸਜਾਦ ਬੈਠਾ ਈ ਗੋਲਾ ਕਿਆ ਦੀ ਸਰਦਾਰ ਆ ਫੁੱਫੀ ਦੀ ਮਿੰਨਤ ਕਰ ਪਾਣੀ ਪੀਵੇ ਓਏ ਅੱਲਾਹ ਦੇ ਮਹਿਮਾਨ ਕੁਰੋਵਣ ਵਾਲੇ ਲੋਗੋ ਤੇਰਾ ਤੇ ਮੇਰਾ ਇਮਾਮ ਰਾਤ ਰੋਂਦਾ ਆ ਟੁਰ ਪਏ ਉੱਥੇ ਜਿੱਥੇ ਮੇਰੀ ਸੈਨ ਬੈਠੀ ਆਈ ਸਜਾਦ ਕੋਲ ਆ ਕੇ ਗੱਲ ਚ ਮਾਈ ਪਾ ਕੇ ਆਦੇ ਫੁੱਫੀ ਅੰਮਾ ਪਾਣੀ ਪੀਵੋ ਨਹੀਂ ਤਾਂ ਕਸਮੇ ਲੱਗਦੀ ਏ ਮੇਰੀ ਸੈਨਾ ਦੀ ਤੂੰ ਤਾਂ ਇਮਾਮ ਏ ਜਾਣਦੇ ਮੈਨੂੰ ਹੁਸੈਨ ਤੋਂ ਬਾਅਦ ਕਿਹੜੀ ਕਸ ਲੱਗਣੀ ਏ ਆਵਾਜ਼ਾਂ ਨੇ ਕਸ ਵੇਖਣੀ ਏ ਮੇਰੀਆਂ ਉਂਗਲਾਂ ਚ ਵੇਖ ਮੇਰੇ ਇਮਾਮ ਉਂਗਲਾਂ ਬੁਲੰਦ ਕੀਤੀਆਂ ਨੇ ਮੇਰੀ ਸੈਨ ਡਿੱਠੇ ਕੌਸਰ ਦਾ ਕਿਨਾਰੇ ਨਾਨਾ ਜਾਮ ਚਾਈ ਖੜੇ ਹੱਥ ਵਧਾ ਕੇ ਆਦੇ ਨੇ ਹੁਸੈਨ ਪੀ ਪਾਣੀ ਮੈਂ ਪਾਸੇ ਮੂੰਹ ਕਰਕੇ ਆਦੇ ਨੇ ਕਿਵੇਂ ਪੀਵਾ ਮੇਰੀ ਜ਼ੈਨਬ ਤਸੀਏ ਫਿਰਾ